ਅੰਮ੍ਰਿਤਸਰ ਦੇ ਤਰਨ ਤਾਰਨ ਦੇ ਵਿੱਚ ਕ੍ਰਿਸਮਸ ਦਾ ਪ੍ਰੋਗਰਾਮ ਮਨਾ ਰਹੇ ਲੋਕਾਂ ਦੇ ਉੱਤੇ ਅੰਨੇਵਾਹ ਗੋਲੀਆਂ ਵਰਸਾ ਦਿੱਤੀਆਂ ਗਈਆਂ, ਜਿਸ ਦੇ ਵਿੱਚ 3 ਨੌਜਵਾਨਾਂ ਨੂੰ ਗੋਲੀ ਲੱਗੀ ਹੈ ਅਤੇ 1 ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ, ਜਦਕਿ 2 ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 2 ਨੌਜਵਾਨਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਤੇ ਉਹਨਾਂ ਨੌਜਵਾਨਾਂ ਨੂੰ ਗੋਲੀ ਲੱਗੀ ਹੋਈ ਹੈ। ਮਾਮਲਾ ਅੰਮ੍ਰਿਤਸਰ ਦੇ ਖਵਾਸਪੁਰ ਤਰਨ ਤਾਰਨ ਪਿੰਡ ਦਾ ਹੈ, ਜਿੱਥੇ ਕਿ ਈਸਾਈ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਕ੍ਰਿਸਮਸ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸੀ। ਇੱਥੇ ਕੁਝ ਲੋਕਾਂ ਦੇ ਵੱਲੋਂ ਪਹੁੰਚ ਕੇ ਗੁੰਡਾਗਰਦੀ ਕੀਤੀ ਗਈ। ਗੁੰਡਾਗਰਦੀ ਇਸ ਹੱਦ ਤੱਕ ਵੱਧ ਗਈ ਕਿ ਸ਼ਰਾਰਤੀ ਅਨਸਰਾਂ ਨੇ ਬੱਚੇ, ਬਜ਼ੁਰਗਾਂ ਅਤੇ ਮਹਿਲਾਵਾਂ ਦੇ ਉੱਤੇ ਅੰਨੇਵਾਹ ਫਾਇਰਿੰਗ ਤੱਕ ਕਰ ਦਿੱਤੀ। ਦੱਸਿਆ ਜਾ ਰਿਹਾ ਕਿ ਇਸ ਘਟਨਾ ਦੇ ਵਿੱਚ 1 ਨੌਜਵਾਨ ਦੀ ਤਾਂ ਮੌਤ ਵੀ ਹੋ ਗਈ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਤੇ ਫਾਇਰਿੰਗ ਹੋਈ ਹੈ ਤੇ ਕਿਸ ਦਾ ਕੀ ਘਟਨਾਕ੍ਰਮ ਹੋਇਆ ਉਸ ਟਾਈਮ ਤੁਹਾਡੇ ਨਾਲ ਕੀ ਕਹਿਣਾ? ਦੀਦੀ ਅਸੀਂ ਮੋੜ ਤੇ ਖਲੋਤੇ ਸੀ ਤੇ I-20 ਗੱਡੀ ਆਈ। ਪਹਿਲਾਂ ਇੱਕ ਮੁੰਡਾ ਨੰਗਾ ਜਿਹਨੇ ਆਪਣੀ ਉਹਨਾਂ ਦੱਸਿਆ ਬਾਰੇ ਵੀ ਬੰਦੇ ਖਲੋਤੇ ਆ, ਤੇ ਉਸ ਤੋਂ ਬਾਅਦ I-20 ਦੋ ਕੁ ਮਿੰਟਾਂ ਬਾਅਦ ਆ ਗਏ 4 ਬੰਦੇ ਸੀ, ਤੇ ਚੌਂ ਦੇ ਵਿੱਚੋਂ 4 ਤੋਂ ਪਿਸਟਲ ਸੀ। ਉਹਨਾਂ ਨੇ ਕੱਢਦਿਆਂ ਸਾਰ ਹੀ ਇੱਦਾਂ ਆਵਾਜ਼ ਮਾਰੀ, ਸਾਡੇ ਤਾਇਆ ਜੀ ਸੀ ਉਹਨਾਂ ਨੂੰ ਆਵਾਜ਼ ਮਾਰੀ ਤੇ ਉਹ ਭੱਜ ਕੇ ਚਲ ਗਈ ਉਹਨਾਂ ਲਾਗੇ, ਤੇ ਉਹ ਫਾਇਰ ਕੱਢਣ ਦਾ ਪਏ। ਤਾਏ ਦੇ ਲੱਗੀਆਂ 10-12 ਗੋਲੀਆਂ ਲੱਗੀਆਂ ਇੱਥੇ, ਅਸੀਂ ਭੱਜ ਕੇ ਤਾਏ ਨੂੰ ਚੁੱਕਣ ਲੱਗੇ ਸੀ, ਅਤੇ ਉਹ ਦੂਜਾ ਮਰਾ ਗੱਡੀ ਬੈਕ ਕਰਕੇ ਫਿਰ ਮੇਰੇ ਲਾ ਤੀ ਗੋਲੀ। ਉਹ ਤਾਂ ਪਤਾ ਫਿਰ ਫੇਰ ਵਾਹਵਾ ਫਾਇਰ ਕੱਢਦੇ ਰਹੇ, 4-5 ਮਿੰਟ ਕੱਢਦੇ ਰਹੇ, ਅਤੇ ਬਾਅਦ ਗੱਡੀ ਫਿਰ ਵੀਰ ਦੇ ਲੱਗੀ ਹੋਰ ਇੱਕ ਮੇਰੇ ਦੇ। ਹਾਂਜੀ 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 ਉਹਨਾਂ ਲੱਗੀਆਂ, ਇੱਕ ਮੇਰੇ ਲੱਗੀ ਸੀ ਅਤੇ ਇੱਕ ਮੇਰਾ ਵੀਰ ਹੀ ਹੋਰ ਉਹਨਾਂ ਨੇ ਲੱਗੀ। ਮੈਂ ਤਾਂ ਆਪਣੇ ਘਰ ਦੇ ਬਾਹਰ ਬੈਠਾ ਸੀ ਜੀ, ਮੈਂ 150 ਮੀਟਰ ਤੋਂ ਦੂਰ ਸੀ ਜੀ ਉਹਨਾਂ ਤੋਂ। ਮੈਂ ਜਦੋਂ ਆ ਗਏ ਆ ਤਾਂ ਮੇਰਾ ਓਪਰੇਟ ਹੋਇਆ 20 ਦਿਨ ਪਹਿਲਾਂ, ਮੇਰੇ ਤੋਂ ਅਜੇ ਚੱਲਿਆ ਨਹੀਂ ਜਾਂਦਾ ਇੰਨਾ। ਜਦੋਂ ਆਏ ਆ ਤਾਂ ਮੈਂ ਘਰ ਨੂੰ ਆਪਣੇ ਨੂੰ ਤੁਰ ਪਿਆ ਜੀ, ਘਰ ਨੂੰ ਤੁਰਦਿਆਂ ਤੁਰਦਿਆਂ ਹੀ ਮੇਰੇ ਟੱਪਦਿਆਂ ਟੱਪਦਿਆਂ ਹੀ ਜੀ ਗੋਲੀ ਲੱਗ ਗਈ ਹੈ। ਮੈਂ ਹੋਸਪਿਟਲ ਨੇ ਕਿੰਨੇ ਲੋਕਾਂ ਦੀਆਂ ਗੋਲੀਆਂ ਲੱਗੀਆਂ ਸੀ? 3 ਗੋਲੀਆਂ ਦੇ 3 ਜਾਣੇ। ਹਾਂਜੀ, ਮੈਂ ਜਗਤਾਰ ਸਿੰਘ ਖਵਾਸਪੁਰ ਹੈ ਜੀ, ਜਿੱਥੇ ਇਹ ਘਟਨਾ ਵਾਪਰੀ ਆ। ਮਸੀਹ ਭਾਈਚਾਰੇ ਵੱਲੋਂ ਰਾਤ ਨੂੰ ਵੱਡੇ ਦਿਨ ਦਾ ਕਰਕੇ ਬੰਦਗੀ ਹੋ ਰਹੀ ਸੀ। ਕੁਛ ਉੱਥੋਂ ਦੇ ਸ਼ੈਤਾਨ ਧਨਾੜ ਲੋਕਾਂ ਨੇ, ਜਾਤ ਅਭਿਮਾਨੀ ਲੋਕਾਂ ਨੇ, ਕੁਛ ਜਿਹੜੇ ਕੁਛ ਮਰਿਆਦਾ ਵਿੱਚ ਵੀ ਨਹੀਂ ਸੀ ਹੈਗੇ ਔਰ ਕਲੀਮ ਸੇ ਬੰਦੇ ਹੈਗੇ ਸੀ, ਉਹਨਾਂ ਨੇ ਧੱਕੇ ਇਸ ਗੁੰਡਾਗਰਦੀ ਕੀਤੀ। ਜੋ ਉੱਥੇ ਉਹ ਪਾਸਟਰ ਮਸੀਹ ਭਾਈਚਾਰੇ ਦੇ ਨੁਮਾਇੰਦੇ ਆਏ ਸੀ, ਆਪਣਾ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜੋ ਸਤਸੰਗ ਕਰ ਰਹੇ ਸੀ, ਔਰ ਉੱਥੋਂ ਦੇ ਜਿਹੜੇ ਮੰਨਾ ਸਿੰਘ ਉਹਦੇ ਨਾਲ 4 ਹੋਰ ਜਿਹੜੇ ਅਨਸਰ ਆ ਉਹਨਾਂ ਜਾ ਕੇ ਉਸ ਪਰਿਵਾਰ ਦੇ ਘਰ ਜਾ ਕੇ ਔਰ ਪਿਸਟਲਾਂ ਦੇ ਨਾਲ ਜਾ ਕੇ ਉਹਨਾਂ ਦੇ ਪਿਸਟਲ ਰੱਖੇ ਔਰ ਧਮਕੀਆਂ ਦਿੱਤੀਆਂ ਔਰ ਉਹਨਾਂ ਨੂੰ ਸਤਸੰਗ ਬੰਦ ਕਰਨ ਲਈ ਵੀ ਬਹੁਤ ਜ਼ਿਆਦਾ ਮਤਲਬ ਮਜਬੂਰ ਕੀਤਾ। ਔਰ ਸਤਸੰਗ ਬੰਦ ਹੋਣ ਦੇ ਬਾਵਜੂਦ ਵੀ ਅਗਲੇ ਦਿਨ ਉਹ ਪਰਿਵਾਰ ਅਤੇ ਮੇਰਾ ਪਰਿਵਾਰ, ਮੇਰਾ ਬੇਟਾ ਸੀ ਵਿੱਚ, ਤਾਂ ਅਸੀਂ ਉਸ ਪਰਿਵਾਰ ਨੂੰ ਲਾਮਾ ਦੇਣ ਗਏ ਮੇਰੇ ਬ੍ਰਦਰ, ਤਾਂ ਬ੍ਰਦਰ ਲਾਮਾ ਦੇਣ ਦੀ ਬਜਾਏ ਉਹਨਾਂ ਨੇ ਪਤਾ ਨਹੀਂ ਕਿ ਉਹਨਾਂ ਦੇ ਦਿਮਾਗ 'ਚ ਕੀ ਗੱਲ ਆਈ, ਜਾਂ ਜਾਤੀ ਦੇ ਅਸੀਂ ਤਾਂ ਇਹੀ ਕਹਿ ਰਹੇ ਵੀ ਜਾਤੀ ਦੇ ਆਧਾਰ 'ਤੇ ਕੋਈ ਉਹਨਾਂ ਨੇ ਇਸ ਗੱਲ ਨੂੰ ਟੈਅ ਕਰਕੇ ਔਰ ਸਾਡੇ ਮੁਹੱਲੇ ਦੇ ਵਿੱਚ ਵਿਹੜੇ ਦੇ ਅੰਦਰ ਪਹੁੰਚ ਕੇ ਔਰ ਇਹਨਾਂ ਸਿਰ ਉਹਨਾਂ ਗੋਲੀਆਂ ਚਲਾ ਕੇ, ਇੱਕ ਮੇਰਾ ਭਰਾ ਬਲਵਿੰਦਰ ਸਿੰਘ ਉੱਥੇ ਗੋਲੀਆਂ ਚਲਾ ਕੇ ਉਹਦੀ ਮੌਕੇ 'ਤੇ ਹੀ ਮੌਤ ਹੋ ਗਈ ਔਰ 2 ਜਾਣੇ ਸਾਡੇ ਜਿਹੜੇ ਆ ਐਸੀ ਭਾਈਚਾਰਾ ਫੱਟਰ ਹੋ ਗਿਆ ਜਿਹੜਾ ਜਿਹੜੇ ਇਲਾਜ ਗੁਰੂ ਨਾਨਕ ਹੋਸਪਿਟਲ ਦਾਖਲ ਨੇ। ਤਾਂ ਅਸੀਂ ਮੰਗਦੇ, ਇਨਸਾਫ ਮੰਗਦੇ ਹਾਂ ਕਿ ਉਹਨਾਂ ਦੋਸ਼ੀਆਂ ਨੂੰ ਤੁਰੰਤ ਫੜ ਕੇ ਜੇਲ੍ਹ ਅੰਦਰ ਸੁੱਟਿਆ ਜਾਵੇ, ਉਹਨਾਂ 'ਤੇ ਜੋ FIR ਕੱਟੀ ਆ, ਕਿਉਂਕਿ ਸਾਨੂੰ ਖਸਤਾ ਵਾ ਵੀ ਉਹ ਭਗੌੜੇ ਨੇ। ਅਸੀਂ ਪ੍ਰਸ਼ਾਸਨ ਨੂੰ ਫਿਰ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ, ਕਿਉਂਕਿ ਉਹਨਾਂ ਨੂੰ ਧਮਕੀ ਦਿੱਤੀ ਹੋਈ ਆ ਕਿ ਅਸੀਂ ਅਜੇ ਇਸ ਪਰਿਵਾਰ ਨੂੰ ਸੋਧਣਾ ਹੈ, ਅਜੇ ਸਾਡਾ ਕਾਰ ਪੂਰਾ ਹੋਇਆ ਨਹੀਂ,
ਤਾਂ ਇਸ ਕਰਕੇ ਅਸੀਂ ਪ੍ਰਸ਼ਾਸਨ ਗਾੜੀ ਖਾਸ ਕਰਕੇ ਬੇਨਤੀ ਕਰਦੇ ਹਾਂ, ਸਰਕਾਰ ਨੂੰ ਵੀ ਕਰਦੇ ਹਾਂ ਵੀ ਪ੍ਰਸ਼ਾਸਨ ਨੂੰ ਦਿੱਤਾ ਦੇ ਕੇ ਇਸ ਜਿਹੜੇ ਗੁੰਡਾਗਰਦੀ ਕਰਕੇ ਜਾਂ ਕੋਈ ਵੀ ਸੱਤ ਜਾਂ ਬੰਦਗੀ ਕਰਦੇ ਜਾਂ ਕੁਛ ਵੀ ਕਰਦੇ ਇਹੋ ਜਿਹੇ ਦੋਸ਼ੀਆਂ ਨੂੰ ਕਾਨੂੰਨੀ ਸਖਤਵਾਈ ਕਰ ਕਰਕੇ ਜੇਲ੍ਹ ਸੁੱਟਿਆ ਜਾਵੇ। ਉਹਨਾਂ ਦੀ ਏਜ 56 ਸਾਲ ਸੀ ਜੀ। ਸਭ ਤੋਂ ਜਿਹੜੀ ਮੌਕੇ ਦੇ ਹਿਸਾਬ ਨਾਲ ਜੀ ਉਹਨਾਂ ਨੇ ਪ੍ਰਾਰਥਨਾ ਰੋਕੀ ਆ ਜੀ, ਸ਼ਰੇਆਮ ਰੋਕੀ ਆ, ਸਾਰੇ ਪਿੰਡ ਨੂੰ ਪਤਾ ਜੀ। ਇਹ ਤਾਂ ਪ੍ਰਾਰਥਨਾ ਕਰਕੇ ਸਭ ਕੁਛ ਹੋਇਆ ਜੀ ਵੀ ਸਾਨੂੰ ਲਾਮਾ ਕਿਉਂ ਦਿੱਤਾ, ਮੇਰਾ ਬ੍ਰਦਰ ਨੇ ਦਿੱਤਾ ਲਾਮਾ ਵੀ ਤੁਸੀਂ ਉਹਨਾਂ ਨੂੰ ਕਰਨ ਦਿਓ, ਮੇਰਾ ਬੇਟਾ ਵਿੱਚ ਸੀ ਉਹ ਰਿਸ਼ਤੇਦਾਰੀ ਤੌਰ 'ਤੇ ਗਿਆ ਸੀ, ਉਹਨਾਂ ਨੇ ਰੋਕਿਆ ਉਸ ਦੋਸ਼ੀਆਂ ਨੂੰ ਵੀ ਤੁਸੀਂ ਮਤਲਬ ਧੱਕੇਸ਼ਾਹੀ ਕਰ ਰਹੇ ਜੋ ਹਰ ਇੱਕ ਨੂੰ ਨਾਮ ਜਪਣ ਦਾ ਹਰ ਇੱਕ ਨੂੰ ਬੰਦਗੀ ਕਰਨ ਦਾ ਹੱਕ ਆ, ਤਾਂ ਇਸ ਕਰਕੇ ਉਹਦਾ ਵਿਰੋਧ ਕਰਨ ਦੇ ਬਾਵਜੂਦ ਉਸੇ ਵਿਰੋਧ ਦੇ ਵਿੱਚ ਉਹ ਧਨਾੜ ਲੋਕ ਹੋਣ ਕਰਕੇ ਸਾਡੇ ਦੇ ਉੱਪਰ ਉਹਨਾਂ ਨੇ ਐਸੀ ਭਾਈਚਾਰੇ 'ਤੇ ਮੈਂ ਤਾਂ ਸੋਚੂੰਗਾ ਵੀ ਸਾਡੇ ਮੁਹੱਲੇ ਦੇ ਵਿੱਚ ਆਣ ਕੇ ਗੋਲੀਆਂ ਚਲਾਈਆਂ ਔਰ ਗੁੰਡਾਗਰਦੀ ਕੀਤੀ ਆ ਸ਼ਰੇਆਮ। ਇੱਕ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਗਏ ਉਸੇ ਹੀ ਰਾਤ ਜਿਸ ਰਾਤ ਤੁਹਾਨੂੰ ਰੋਕਿਆ ਗਿਆ ਪ੍ਰਾਰਥਨਾ ਸਭਾ ਕਰਨ ਤੋਂ, ਅਤੇ ਪੁਲਿਸ ਵੱਲੋਂ ਕਿੱਦਾਂ ਦੀ ਕਾਰਗੁਜ਼ਾਰੀ ਰਹੀ? ਪੁਲਿਸ ਵੱਲੋਂ ਵੇਖੋ ਜੀ ਉਸ ਸਮੇਂ ਦੇ ਮੁਤਾਬਕ ਉਹਨਾਂ ਵਧੀਆ ਆਏ ਨੇ, ਔਰ ਜਿਹੜੇ ਸਾਡੇ ਬਾਹਰੋਂ ਪਾਸਟਰ ਆਏ ਸੀ ਜਾਂ ਆਏ ਸੀ ਉਹਨਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾ ਦਿੱਤਾ ਗਿਆ, ਔਰ ਉਸ ਤੋਂ ਬਾਅਦ ਜਿਹੜੀ ਅਗਲੇ ਜਿਹੜਾ ਉਹਨਾਂ ਕੋਈ ਜਿਹੜੀ ਦਿਨੇ ਨਹੀਂ ਕਾਰਵਾਈ ਜਿਹੜੀ ਟਾਈਮ ਨਾਲ ਹੋ ਸਕੀ ਉਹਦਾ ਫਾਇਦਾ ਲੈਂਦੇ ਹੋਏ ਦੋਸ਼ੀ ਸਾਈਡ 'ਤੇ ਹਮਲਾ ਕਰ ਗਏ ਨੇ। ਕੀ ਮੰਨਦੇ ਹੋ ਕਿ ਉਹਨਾਂ ਨੇ ਜੋ ਕਾਰਨ ਹੁੰਦਾ? ਬਿਲਕੁਲ ਜੀ ਤੁਸੀਂ ਬਿਲਕੁਲ ਸਹੀ, ਜੇ ਪੁਲਿਸ ਥੋੜ੍ਹੀ ਜਿਹੀ ਆਪਣੀ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾ ਦਿੰਦੇ, ਐਡਾ ਤਕੜਾ ਜਦੋਂ ਪਿਸਟਲਾਂ ਦੀ ਗੱਲ ਹੋਵੇ ਬਿਲਕੁਲ ਸ਼ਰੇਆਮ ਔਰ 4 ਪਿਸਟਲ ਤਾਣੇ ਹੋਣ ਔਰ ਐਡੀ ਤਕੜੀ ਗੱਲ ਹੋਵੇ, ਤਾਂ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਕਹਾਂਗਾ ਵੀ ਇਹ ਤੋਂ ਲਾਪਰਵਾਹੀ ਦੇ ਕਾਰਨ ਹੀ ਜਿਹੜਾ ਥੋੜ੍ਹਾ ਬਹੁਤਾ ਉਹਨਾਂ ਨੇ ਆਪਣੀ ਕਤਾਈ ਵਰਤੀ, ਔਰ ਜੇ ਕਤਾਈ ਨਾ ਵਰਤਦੇ ਸ਼ਾਇਦ ਹੋ ਸਕਦਾ ਵੀ ਇਹ ਭਾਣਾ ਨਾ ਵਾਪਰਦਾ। ਹੁਣ ਪ੍ਰਸ਼ਾਸਨ ਵੱਲੋਂ ਕਿੱਦਾਂ ਦੀ ਕਾਰਗੁਜ਼ਾਰੀ ਹੈ? ਤੁਸੀਂ ਜਦੋਂ FIR ਦਰਜ ਹੋ ਚੁੱਕੀ ਹੈ, ਕੀ ਪੁਲਿਸ ਨੇ ਬੰਦਿਆਂ ਨੂੰ ਅਰੈਸਟ ਕੀਤਾ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ? ਵੇਖੋ ਜੀ ਉਹਨਾਂ ਦੇ ਪਰਿਵਾਰ ਰਿਲੇਸ਼ਨ ਜਿਹੜੇ ਉਹਨਾਂ ਦੀ ਮੰਮੀ ਔਰ ਕੁਛ ਪਰਿਵਾਰ ਉਹਨਾਂ ਦੇ ਉਹਨਾਂ ਨੇ ਮਤਲਬ ਅਰੈਸਟ ਕੀਤੇ ਹੋਏ ਨੇ, ਔਰ ਜਿਹੜੇ ਮੇਨ ਦੋਸ਼ੀ ਜਿਨ੍ਹਾਂ ਨੇ ਇਹ ਕਰਮ ਕੀਤਾ ਵਾ ਉਹ ਭਗੌੜੇ ਨੇ, ਕਿਉਂਕਿ ਉਹਨਾਂ ਤੋਂ ਸਾਨੂੰ ਖਤਰਾ ਵਾ, ਉਹਨਾਂ ਨੂੰ ਪਹਿਲਾਂ ਤੁਰੰਤ ਜਿਹੜਾ ਗ੍ਰਿਫਤਾਰ ਕੀਤਾ ਜਾਵੇ। ਮੈਂ ਜਿਹੜੇ ਇਲਾਜ ਦੇ ਆਪਣੇ ਭਤੀਜਾ ਦਾ ਪਤਾ ਲੈਣ ਵਾਸਤੇ ਅੰਮ੍ਰਿਤਸਰ ਆਇਆ, ਮੈਨੂੰ ਹੁਣੇ ਮਤਲਬ ਉੱਥੋਂ ਟੈਲੀਫੋਨ ਆਇਆ ਵੀ ਉਹ ਜਿਹੜਾ ਦੋਸ਼ੀ ਮੰਨਾ ਵਾ ਉਹਦੇ ਸਾਥੀ ਨਾਲ ਇੱਕ ਮੂੰਹ ਬੱਧੇ ਹੋਏ ਨੇ ਫਤਿਹਾਬਾਦ ਬਾਜ਼ਾਰ ਦੇ ਵਿੱਚ, ਸਾਡੇ ਉੱਥੇ ਨੌਜਵਾਨ ਮੁੰਡੇ ਦੇ ਉੱਪਰ ਜਿਹੜਾ ਸਾਡੇ ਮੁਹੱਲੇ ਦਾ ਭਤੀਜਾ ਲੱਗਦਾ ਉਹਦੇ ਉੱਪਰ ਵੀ ਹਮਲਾ ਕਰਨ ਦਾ ਅਟੈਕ ਕਰਨ ਦੀ ਕੋਸ਼ਿਸ਼ ਕੀਤੀ, ਉਹ ਨੌਜਵਾਨ ਵੀਰ ਸਾਡਾ ਭੱਜ ਕੇ ਚੌਂਕੀ ਫਤਿਹਾਬਾਦ ਆਪਣੀ ਜਾ ਕੇ ਜਾਨ ਬਚਾਈ ਆ। ਸਾਨੂੰ ਅੱਜ ਵੀ ਉਹਨਾਂ ਦੋਸ਼ੀਆਂ ਤੋਂ ਬਹੁਤ ਵੱਡਾ ਖਤਰਾ ਹੈ ਵੀ ਸਾਨੂੰ ਕਿਸੇ ਵੇਲੇ ਵੀ ਕਿਸੇ ਵੀ ਪਰਿਵਾਰ 'ਤੇ ਉਹ ਹਮਲਾ ਕਰ ਸਕਦੇ ਆ, ਤਾਂ ਅਸੀਂ ਪ੍ਰਸ਼ਾਸਨ ਤੋਂ ਦੁਬਾਰਾ ਮੰਗ ਕਰਦੇ ਹਾਂ ਵੀ ਸਾਡੀ ਜਿਹੜੀ ਉਹਨਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨੂੰ ਹਵਾ ਲਾਤ ਦੇ ਵਿੱਚ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ, ਕਿਉਂਕਿ ਉਹਨਾਂ ਚਿਰ ਸਾਡਾ ਜਿਹੜਾ ਵਾ ਸਾਡੇ ਮਨ 'ਚ ਇੱਕ ਡਰ ਬੈਠਾ ਆਇਆ, ਸਾਡੇ ਬੀਬੀਆਂ ਦੇ ਬੱਚਿਆਂ 'ਤੇ ਵੀ ਡਰ ਬੈਠਾ ਆਇਆ ਵਾ, ਇਸ ਕਰਕੇ ਅਸੀਂ ਸਾਡੇ ਲੋਕ ਸਹਿਮੇ ਹੋਏ ਨੇ। ਅਸੀਂ ਪ੍ਰਸ਼ਾਸਨ ਨੂੰ ਜਿਹੜੀ ਹੁਣੇ ਤਾਜ਼ਾ ਘਟਨਾ ਹੁਣੇ ਵਾਪਰੀ ਆ ਉਸ ਕਰਕੇ ਸਾਨੂੰ ਹੋਰ ਵੀ ਜਿਹੜਾ ਸਾਡੇ ਡਰ ਵਿੱਚ ਜਿਹੜਾ ਮਨਾਂ 'ਚ ਬੈਠਾ ਆਇਆ ਵਾ, ਤਾਂ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਦੋਸ਼ੀਆਂ ਨੂੰ ਤੁਰੰਤ ਫੜ ਕੇ ਗ੍ਰਿਫਤਾਰ ਕਰਕੇ ਉਹਨਾਂ 'ਤੇ ਜੋ ਕਾਨੂੰਨੀ ਕਾਰਵਾਈ ਕੀਤੀ ਗਈ ਆ ਉਹਨਾਂ ਨੂੰ ਜੇਲ੍ਹ ਸੁੱਟਿਆ ਜਾਵੇ, ਔਰ ਸਾਨੂੰ ਜਿਹੜਾ ਵਾ ਸੁੱਖ ਦਾ ਜਾਂ ਸਾਡੇ ਜਿਹੜੇ ਭਾਈਚਾਰਾ ਹੈ ਮਸੀਹ ਭਾਈਚਾਰਾ ਹੈ ਸਹਿਮਿਆ ਹੋਇਆ ਹੈ ਉਹ ਸੁੱਖ ਦਾ ਸਾਹ ਲੈ ਸਕਣ। ਐਡਾ ਵੱਡਾ ਘਟਨਾਕ੍ਰਮ ਹੋ ਗਿਆ, ਕਿਸੇ ਨੇ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਹੋਰ ਵੱਲੋਂ ਤੁਹਾਡੀ ਬਾਂਹ ਫੜੀ ਗਈ? ਸਾਡੀ ਜਿਹੜੀ ਇਸ ਵਕਤ ਗਲੋਬਲ ਐਕਸ਼ਨ ਕਮੇਟੀ ਜਿਹੜੀ ਆ ਮਸੀਹ ਭਾਈਚਾਰੇ ਤੋਂ ਜਲੰਧਰ ਤੋਂ ਸਾਡੇ ਜਤਿੰਦਰ ਮਸੀਹ ਜੀ ਔਰ ਸਾਡੇ ਗੌ ਲਕਸ਼ ਮਸੀਹ ਜੀ ਇੱਥੋਂ ਅੰਮ੍ਰਿਤਸਰ ਤੋਂ
ਸਾਡੇ ਪਰਿਵਾਰਾਂ ਦੀ ਪਿੰਡ ਜਾ ਕੇ ਵੀ ਇਹਨਾਂ ਸਾਡੀ ਹੈਲਪ ਕੀਤੀ, ਸਾਡੇ ਪਿੰਡ ਖਵਾਸਪੁਰ ਜਾ ਕੇ ਵੀ ਹੈਲਪ ਕੀਤੀ ਔਰ ਉੱਥੇ ਪਰਿਵਾਰਾਂ ਦੀ ਸਾਰ ਲਈ ਆ, ਮਸੀਹ ਭਾਈਚਾਰੇ ਦੀ, ਹੋਰ ਵੀ ਲੋਕਾਂ ਦੀ। ਔਰ ਅੱਜ ਹੋਸਪਿਟਲ ਅੰਮ੍ਰਿਤਸਰ ਵਿੱਚ ਆਣ ਕੇ ਵੀ ਇਸ ਗਲੋਬਲ ਐਕਸ਼ਨ ਕਮੇਟੀ ਨੇ ਆਪਣੀ ਜੇ ਲੁਕਸ ਕਮੇਟੀ ਦੇ ਅੰਦਰ ਸਾਡੇ ਲੁਕਸ ਮਸੀਹ ਜੀ ਜਿਹੜੇ ਇੱਥੋਂ ਦੇ ਕਮਾਂਡਰ ਨੇ ਨਿਭਾ ਰਹੇ ਨੇ ਅੰਮ੍ਰਿਤਸਰ ਤੋਂ, ਉਹ ਸਾਡੇ ਪਰਿਵਾਰਾਂ ਦੀ ਹੋਸਪਿਟਲ ਅੰਮ੍ਰਿਤਸਰ ਗੁਰੂ ਨਾਨਕ ਹੋਸਪਿਟਲ ਵੀ ਪਹੁੰਚੇ ਨੇ ਔਰ ਪਰਿਵਾਰਾਂ ਨੂੰ ਹਮਦਰਦੀ ਜਿਤਾ ਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਕੋਈ ਮਦਦ ਜਿਹੜੀ ਆ ਕੀਤੀ ਜਾਵੇਗੀ, ਜੋ ਜਿਹੜੇ ਪਰਿਵਾਰ ਅੱਜ ਹੋਸਪਿਟਲ ਦੇ ਵਿੱਚ ਅੰਦਰ ਨੇ, ਕਿਉਂਕਿ ਉਹ ਬਹੁਤ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ, ਉਹਨਾਂ ਦੀ ਮਦਦ ਕਰਨ ਦਾ ਵੀ ਇਸ ਗਲੋਬਲ ਐਕਸ਼ਨ ਕਮੇਟੀ ਨੇ ਇਸ ਪਰਿਵਾਰਾਂ ਨੂੰ ਬਹੁਤ ਭਰੋਸਾ ਦਵਾਇਆ ਹੈ। ਇਹ ਘਟਨਾ, ਮੇਰਾ ਨਾਮ ਡਾਕਟਰ ਲੂਕਸ ਮਸੀਹ ਆ ਔਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਮੈਂ ਜਨਰਲ ਸੈਕਟਰੀ ਹਾਂ ਪੰਜਾਬ ਦਾ। ਔਰ ਦੱਸਣਾ ਚਾਹੁੰਦੇ ਹਾਂ ਕਿ ਕ੍ਰਿਸਮਿਸ ਨੂੰ ਲੈ ਕੇ ਜਿਹੜਾ ਵਾ ਗੋਇੰਦਵਾਲ ਦੇ ਵਿੱਚ ਪਿੰਡ ਹੈ ਇੱਕ ਖਵਾਸਪੁਰਾ, ਉੱਥੇ ਸਾਡਾ ਪਰਿਵਾਰ ਜਿਹੜਾ ਵਾ ਇਹ ਆਪਣਾ ਬੰਦਗੀ ਕਰ ਰਿਹਾ ਸੀਗਾ, ਕ੍ਰਿਸਮਿਸ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ, ਸਤਸੰਗ ਚੱਲ ਰਿਹਾ ਸੀਗਾ। ਔਰ ਉੱਥੇ ਕੁਛ ਪਰਿਵਾਰ ਧਨਾਟ ਪਰਿਵਾਰ ਜਿਹੜਾ ਕਿ ਆਪਣੇ ਆਪ ਨੂੰ ਜਿਹੜਾ ਵਾ ਜਗੀਰ ਸਮਝਦੇ ਆ ਕਿ ਐਸੀ ਜਿਹੜੀ ਬਰਾਦਰੀ ਆ ਜਾਂ ਜੋ ਵੀ ਆ ਉਹ ਸਾਡੇ ਪੈਰਾਂ ਦੀ ਜੁੱਤੀ ਸਮਝਦੇ ਹੋਏ ਇਹ ਉਸ ਘਰ ਜਾਂਦੇ ਆ, ਬੰਦਗੀ ਦੇ ਵਿੱਚ ਜਾ ਕੇ ਪਾਸਟਰ ਜੀ ਦੇ ਉਸ ਪਰਿਵਾਰ ਦੇ ਉੱਤੇ ਜਿਹੜਾ ਆ ਪਿਸਤੌਲ ਤਾਨ ਦਿੰਦੇ ਆ ਕਿ ਕਹਿੰਦੇ ਆ ਵੀ ਤੁਸੀਂ ਇਹ ਜਿਹੜਾ ਵਾ ਕ੍ਰਿਸਚਨ ਭਾਈਚਾਰੇ ਦਾ ਜਿਹੜਾ ਪ੍ਰੋਗਰਾਮ ਹੈ ਬੰਦ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਗੋਲੀਆਂ ਮਾਰ ਦਿਆਂਗੇ। ਉਸ ਤੋਂ ਬਾਅਦ ਉਸ ਰਾਤ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਆ, ਪੁਲਿਸ ਪਿੰਡ 'ਚ ਆਉਂਦੀ ਆ ਔਰ ਕੁਛ ਦੇਰ ਲਈ ਜਿਹੜਾ ਇਹ ਮਾਮਲਾ ਜਿਹੜਾ ਉਹ ਠੰਡਾ ਹੋ ਜਾਂਦਾ। ਉਸ ਤੋਂ ਬਾਅਦ ਜਦੋਂ ਇਹ ਸਵੇਰੇ ਇਹਨਾਂ ਨੂੰ ਮਹਿਸੂਸ ਹੁੰਦਾ ਆ ਕਿ ਜਿਹੜੇ ਐਸੀ ਪਰਿਵਾਰ ਵਾਲੇ ਆ ਸਾਡੇ ਮੁਕਾਬਲੇ ਜਾਂ ਸਾਡੇ ਘਰਾਂ ਦੇ ਵਿੱਚ ਲਾਮਾ ਲੈ ਕੇ ਗਏ ਆ, ਔਰ ਹਰਕਤ ਦੇ ਵਿੱਚ ਆਉਂਦੇ ਹੋਏ ਉਹ ਸ਼ਰਾਰਤੀ ਬੰਦੇ, ਉਹ ਧਨਾਟ ਬੰਦੇ ਕੀ ਕਰਦੇ ਆ ਕਿ ਦੋ ਚਾਰ ਸਾਥੀ ਹੋਰ ਬਾਹਰੋਂ ਬੁਲਾਉਂਦੇ ਆ ਔਰ ਬੁਲਾ ਕੇ ਜਿਹੜਾ ਵਾ ਸਾਡੇ ਐਸੀ ਬਰਾਦਰੀ ਦੇ ਭਰਾਵਾਂ ਦੇ ਉੱਤੇ ਜਿਹੜਾ ਸਿੱਧੀਆਂ ਹੀ ਆਣ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਆ। ਉਹਦੇ ਵਿੱਚ ਇੱਕ ਪਰਿਵਾਰ ਦੀ ਜਿਹੜੀ ਆ ਮੌਤ ਹੋ ਜਾਂਦੀ ਆ, ਇੱਕ ਕੀ ਨਾਮ ਬਲਵਿੰਦਰ ਸਿੰਘ ਵਿਅਕਤੀ ਨੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਆ, ਔਰ ਨਾਲ ਉਹਨਾਂ ਦੇ ਤਿੰਨ ਨੌਜਵਾਨ ਜਿਹੜੇ ਬੱਚੇ ਆ ਉਹ ਜ਼ਖਮੀ ਹੋ ਜਾਂਦੇ ਆ। ਅੱਜ ਅਸੀਂ ਗੁਰੂ ਨਾਨਕ ਹੋਸਪਿਟਲ ਦੇ ਵਿੱਚ ਪਹੁੰਚੇ ਹਾਂ ਔਰ ਕੱਲ੍ਹ ਸਾਡੇ ਪ੍ਰਧਾਨ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਜਤਿੰਦਰ ਮਸੀਹ ਗੌਰਵ ਜੀ, ਅਸੀਂ ਉਸ ਪਿੰਡ ਦਾ ਉਸ ਘਰਾਂ ਦਾ ਦੌਰਾ ਕਰਕੇ ਆਏ ਜਿੱਥੇ ਕਿ ਘਟਨਾ ਵਾਪਰੀ ਆ, ਔਰ ਬੜੇ ਦੁਖਦਾਈ ਹਿਰਦੇ ਦੇ ਨਾਲ ਸਾਨੂੰ ਦੱਸਣਾ ਪੈਂਦਾ ਵੀ ਇੱਕ ਦੀ ਮੌਤ ਹੋ ਗਈ ਔਰ ਜ਼ਰੇ ਇਲਾਜ ਬੜੀ ਪਰਮੇਸ਼ੁਰ ਨੇ ਦਿਆਦ ਕੀਤੀ ਆ ਕਿ ਇਹਨਾਂ ਨੌਜਵਾਨ ਬੱਚਿਆਂ ਦਾ ਜਿਹੜੀ ਹੈ ਜ਼ਿੰਦਗੀ ਬਚ ਗਈ ਆ। ਔਰ ਅਪੋਸਟਲ ਅੰਕਲ ਨਰੂਲਾ ਜੀ ਵੱਲੋਂ, ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਇਹਨਾਂ ਦੀ ਸਾਰ ਲਈ ਗਈ ਆ ਔਰ ਪ੍ਰਧਾਨ ਜੀ ਨੇ ਹੁਣ ਵੀ ਸਾਨੂੰ ਹਦਾਇਤ ਕੀਤੀ ਕਿ ਹੋਸਪਿਟਲ ਜਾ ਕੇ ਤੁਸੀਂ ਉਸ ਪਰਿਵਾਰਾਂ ਦਾ ਜਿਹੜੇ ਬੱਚੇ ਉੱਥੇ ਦਾਖਲ ਨੇ ਉਹਨਾਂ ਦੀ ਸਾਰੀ ਰਿਪੋਰਟ ਲੈ ਕੇ ਸਾਨੂੰ ਦੇਣੀ ਆ। ਸੋ ਅਸੀਂ ਆਏ ਹਾਂ, ਹਰ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਲਈ ਅਸੀਂ ਵਚਨਬੱਧ ਹਾਂ।